ਅੱਜ ਸਵੇਰੇ ਚੈਨਲ ਪੰਜਾਬ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਇੱਕ ਸਿੱਖ ਪਾਠੀ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ 'ਚ ਪਾਠ ਕਰ ਰਿਹਾ ਸੀ ਤਾਂ ਇੱਕ ਮੱਥਾ ਟੇਕਣ ਆਇਆ ਨੌਜਵਾਨ ਪਾਠੀ ਦੇ ਪਾਠ ਕਰਦਿਆਂ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ। ਹੁਣ ਇਸ ਮਾਮਲੇ 'ਚ ਨਵੀਂ ਅਪਡੇਟ ਸਾਹਮਣੇ ਆਈ ਹੈ। ਪੁਲਿਸ ਨੇ ਗ੍ਰੰਥੀ ਦੇ ਥੱਪੜ ਮਾਰਨ ਵਾਲੇ ਆਰੋਪੀ ਬਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਆਰੋਪੀ ਨੇ ਇਸ ਬਾਰੇ ਕਿਹਾ ਕਿ ਗ੍ਰੰਥੀ ਪਾਠ ਸਹੀ ਨਹੀਂ ਪੜ੍ਹ ਰਿਹਾ ਸੀ ਤਾਂ ਕਰਕੇ ਮੈਂ ਉਸਦੇ ਥੱਪੜ ਮਾਰੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਆਰੋਪੀ ਬਿੰਦਰ ਦਾ ਇਹ ਬਿਆਨ। ਗ੍ਰੰਥ ਦੇ ਗਲਤ ਤਰਜਮੇ 'ਚ ਪੜ੍ਹਦਾ ਸੀ ਬਾਣੀ, ਠੀਕ ਹੈ, ਪਰ ਇਹ ਮੇਰੀ ਮੰਮੀ ਸੀ, ਇਸ ਕਰਕੇ ਬਸ ਮੈਂ ਇੱਥੋਂ ਹੋਰ ਬਰਦਾਸ਼ਤ ਨਹੀਂ ਹੋਇਆ। ਹੋਰ ਕੋਈ ਹੋਰ ਇਹ ਬਸ ਆਹੀ ਗੱਲ ਸੀ। ਇਹਦੇ ਮਾਮੇ ਘਰ ਮੇਰੇ ਨਾਲ ਦਿਆਂ ਜਾਇਆ, ਉਦੋਂ ਜਿਹੜੇ ਮਨ ਜੇ 'ਚ ਉਹ ਕਰ ਗਿਆ, ਕੋਈ ਗੱਲਬਾਤ ਨਹੀਂ। ਪਹਿਲਾਂ ਇਹ ਸਾਲਾਂ ਤੈਨੂੰ ਮੈਂ ਦੇਖਦਾ ਵੀ ਇਹ ਬੰਦੇ ਨੂੰ ਬਾਬੇ ਜੀ ਨੂੰ, ਠੀਕ ਹੈ, ਪਹਿਲਾਂ ਕੋਈ ਗੱਲਬਾਤ ਨਹੀਂ ਹੈਗੀ ਜੀ, ਆਹ ਗੱਲ ਹੋਈ ਸੀ। ਉੱਥੇ ਇਸ ਮਾਮਲੇ ਬਾਰੇ ਗੁਰਦੁਆਰਾ ਮੰਜੀ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ ਅਤੇ ਹੈੱਡ ਗ੍ਰੰਥੀ ਲਾਭ ਸਿੰਘ ਨੇ ਦੱਸਿਆ ਕਿ ਜਦੋਂ ਆਰੋਪੀ ਪਾਠੀ ਦੇ ਪਾਠ ਕਰਦਿਆਂ ਦੇ ਥੱਪੜ ਮਾਰ ਰਿਹਾ ਸੀ ਤਾਂ ਪਾਠੀ ਨੇ ਗੁਰੂ ਦੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਪਾਠ ਵਿਚਕਾਰ ਨਹੀਂ ਛੱਡਿਆ। ਉਹਨਾਂ ਪੂਰਾ ਪਾਠ ਕਰਕੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਉਹਨਾਂ ਕਿਹਾ ਕਿ ਆਰੋਪੀ ਬਿੰਦਰ ਸਿੰਘ ਦੀ ਮਾਨਸਿਕ ਤੌਰ 'ਤੇ ਥੋੜ੍ਹੀ ਹਾਲਤ ਠੀਕ ਨਹੀਂ ਹੈ। ਇਹ ਘਟਨਾ ਜੀ ਸਾਬੋਂ ਬਾਹਰ ਗੱਲ ਆ ਅਤੇ ਇਹ ਪਹਿਲੀ ਵਾਰੀ ਸਾਡੇ ਗੁਰਦੁਆਰੇ 'ਚ ਇਹ ਘਟਨਾ ਵਾਪਰੀ ਆ। ਵੀ ਬਹੁਤ ਵਧੀਆ ਸਾਡਾ ਪ੍ਰਬੰਧ ਚੱਲ ਰਿਹਾ ਸੀਗਾ ਅੱਜ ਤੱਕ। ਇਹ ਪ੍ਰਭਾਤ ਫੇਰੀਆਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਦਿਹਾੜੇ ਦੀ ਖੁਸ਼ੀ 'ਚ 11 ਕਰਦੇ ਹਾਂ ਹਰ ਸਾਲ ਦੇ ਵਿੱਚ। ਇਹ ਪਹਿਲੀ ਪ੍ਰਭਾਤ ਫੇਰੀ ਅਸੀਂ ਸ਼ੁਰੂ ਕੀਤੀ ਸੀ ਕੱਲ੍ਹ ਅਤੇ ਅਸੀਂ ਸਾਰੀਆਂ ਸੰਗਤਾਂ ਪ੍ਰਭਾਤ ਫੇਰੀ ਚਲੇ ਗਏ। ਉਸ ਤੋਂ ਬਾਅਦ ਅਸੀਂ ਡਿਊਟੀ ਰਾਮ ਸਿੰਘ ਜੀ ਸੂਬੇਦਾਰ ਜੀ ਪ੍ਰੇਮ ਨਗਰ 'ਚ ਸੇਵਾ ਕਰਦੇ ਸੀ ਨਿਤਨੇਮ ਦੀ, ਅਤੇ ਉਦੋਂ ਬਾਅਦ 6:30 ਵਜੇ ਘਟਨਾ ਇਹ ਵਾਪਰੀ ਆ। ਅਤੇ ਉਹ ਬੰਦਾ ਮੈਟਲੀ ਸਾਹਿਬ ਨੇ ਨਾ ਦੱਸਿਆ ਗਿਆ ਵੀ ਆਇਆ ਸੀਗਾ, ਉਹਨੇ ਮੱਥਾ ਵੀ ਨਹੀਂ ਟੇਕਿਆ ਅਤੇ ਨਿਤਨੇਮ ਕਰਦੇ ਅਤੇ ਗ੍ਰੰਥੀ ਸਿੰਘ 'ਤੇ ਉਹਨਾਂ ਨੇ ਹਮਲਾ ਜਣੀ ਇਹ ਵਾਰ ਕੀਤਾ ਇਹ, ਅਤੇ ਉਹਦੇ ਜਣੀ 2-3 ਚਪੇੜਾਂ ਮਾਰੀਆਂ ਆ ਕੇ, ਅਤੇ ਜਿਹੜੇ ਦੇਖਣ ਵਾਲੇ ਸੀ ਉਹਨਾਂ ਨੇ ਵੀ ਉਹ ਦੇਖਿਆ ਪਰ ਉਹਨਾਂ ਨੂੰ ਰੋਕਿਆ ਨੀਗਾ। ਅਤੇ ਮਾਈਆਂ ਬੀਬੀਆਂ ਨੇ ਆਖਿਰ ਉਹਨੂੰ ਰੋਕਿਆ ਬੰਦੇ ਨੂੰ, ਅਤੇ ਜਦੋਂ ਬਾਅਦ 'ਚ ਪਤਾ ਲੱਗਿਆ ਉਹਦੇ ਵੀ ਦੇਖਿਆ ਪੁਲਿਸ ਵਾਲੇ ਵੀ ਪ੍ਰਸ਼ਾਸਨ ਇੱਥੇ ਆਏ, ਬਾਅਦ 'ਚ ਆਪਦੀ ਕਾਰਵਾਈ ਕਰਕੇ ਗਏ। ਪ੍ਰਬੰਧ ਕਮੇਟੀ ਸਾਰੀਆਂ ਸੰਗਤਾਂ ਵੀ ਆਈਆਂ, ਬੜਾ ਦੁੱਖ ਮਨਾਇਆ। ਇਹ ਬਹੁਤ ਨਿੰਦਣਯੋਗ ਗੱਲ ਹੈ ਜੋ ਵਿਆਪਦੀ ਦੀ ਘਟਨਾ ਜਿਹੜੀ ਵਿਆਪਤੀ ਹੈ, ਜੈਸਾ ਗ੍ਰੰਥੀ ਸਿੰਘ 'ਤੇ ਉਹਨਾਂ ਨੇ ਹਮਲਾ ਕੀਤਾ ਗੁਰੂ ਸਾਹਿਬਾਂ 'ਤੇ ਵੀ ਇਸ ਤਰ੍ਹਾਂ ਇਹ ਬਰਾਬਰ ਦੇ ਹੀ ਜਾਣੀ ਵਿਆਪਦੀ ਦਾ ਹੋ ਗਿਆ ਕੰਮ। ਇਹ ਪੰਥਕ ਜਿਹੜੇ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਰੇ ਸਿੱਖ ਸੰਗਤਾਂ ਨੂੰ ਠੇਸ ਪਹੁੰਚੀ ਹੈ, ਬਹੁਤ ਮਾੜੀ ਗੱਲ ਹੋਈ ਹੈ। ਇਹ ਘਟਨਾ ਜਿਹੜੀ ਵਾਪਰੀ ਹੈ ਬਹੁਤ ਦੁਖਦਾਈ ਦੀ ਗੱਲ ਹੈ, ਅਤੇ ਹੁਣ ਜਿਹੜੀ ਕਾਰਵਾਈ ਹੈ ਪੁਲਿਸ ਉਹਨਾਂ ਨੇ ਆਪਣੇ ਦਾਇਰੇ 'ਚ ਲੈ ਕੇ ਉਹ ਬੰਦੇ ਨੂੰ ਗ੍ਰਿਫਤਾਰ ਤਾਂ ਕਰ ਲਿਆ, ਅਰੈਸਟ ਵਿੱਚ ਵੀ ਹੈਗਾ, ਪਰ ਹੁਣ ਦੱਸਣ ਵਿੱਚ ਇਹ ਗੱਲ ਆਉਂਦੀ ਹੈ ਵੀ ਉਹ ਬੰਦਾ ਮੈਟਲ ਸੀ, ਕਦੇ ਵੀ ਨਹੀਂ ਆਇਆ, ਅਤੇ ਉਹਨਾਂ ਦਾ ਪਰਿਵਾਰ ਵਰਗ ਕੇ ਸਾਰਾ ਹੀ ਗੁਰੂ ਘਰ ਜੁੜਿਆ ਹੋਇਆ ਹੈ ਅਤੇ ਸੇਵਾ ਕਰਦੇ ਨੇ। ਅਤੇ ਹੁਣ ਜਿਹੜੀ ਇਹ ਗੱਲ ਹੈ ਬਹੁਤ ਮਾੜੀ ਹੋਈ ਹੈ, ਨਿੰਦਣਯੋਗ ਹੈ। ਇਹ ਸਾਡੇ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੰਗਤਾਂ ਨੂੰ ਠੇਸ ਪਹੁੰਚੀ ਹੈ ਅਤੇ ਇੰਨੀ ਕੁ ਗੱਲਬਾਤ ਹੋਈ ਹੈ। ਧੰਨਵਾਦ ਹੈ ਜੀ। ਇਹ 6:30 ਵਜੇ ਪਾਠ ਕਰਦਾ ਸੀ ਗ੍ਰੰਥੀ ਜੀ, ਚੱਲ ਰਿਹਾ ਸੀ ਪਾਠ ਅਤੇ ਬੰਦਾ ਆਇਆ ਬਾਹਰੋਂ, ਮੱਥਾ ਨਹੀਂ ਟੇਕਿਆ, ਕੁਛ ਨਹੀਂ ਕਰਿਆ, ਆ ਕੇ ਉਹਦੇ ਲੱਪੜ ਮਾਰਨ ਲੱਗ ਗਿਆ। ਉਹ 12 ਨੰਬਰ ਗਲੀ 'ਚ ਦੱਸਦੇ ਨੇ ਜੀ ਵੀ ਇੱਥੋਂ ਦਾ ਅਸੀਂ ਭਾਲ ਟੋਲ ਕਰੀ ਆ ਅਤੇ ਉਦੋਂ ਕਿਸੇ ਨੇ ਕੁਛ ਨਹੀਂ ਕਿਹਾ ਸੰਗਤ ਨੇ, ਅਤੇ ਬਾਅਦ 'ਚ ਬੰਦੇ ਥੋੜ੍ਹੇ ਸੀ, ਉਦੋਂ ਬਾਅਦ 'ਚ ਫਿਰ ਫੜਿਆ ਗਿਆ ਅਤੇ ਫੜ ਕੇ ਆਪਣਾ ਉਹਨੇ ਜਦੋਂ ਪਾਠ ਕਰਦੇ ਸੀ ਜਣੇ ਉਹਨਾਂ ਨੇ ਪਾਠ ਨਹੀਂ ਛੱਡਿਆ ਹੈਗਾ, ਲੱਪੜ ਤਾਂ ਜ਼ਰੂਰ ਖਾ ਲਏ ਪਰ ਪਾਠ ਨਹੀਂ ਉਹਨਾਂ ਨੇ ਆਪਣਾ ਲੰਘਣਾ ਹੋਣ ਦਿੱਤੀ। ਹੁਣ ਤੱਕ ਜੀ ਉਹ ਫਿਰ ਥਾਣੇ ਵਾਲਿਆਂ ਨੇ ਫੜ ਲਿਆ, ਉਦੋਂ ਬਾਅਦ ਕਾਰਵਾਈ ਕਰੀ ਤੁਰਤ 'ਤੇ ਹੀ, ਅਤੇ ਜੇ ਟਾਈਮ ਜ਼ਿਆਦਾ ਹੋ ਜਾਂਦਾ ਫਿਰ ਨਹੀਂ ਮਿਲਣਾ ਸੀ। ਕਾਰਨ ਜੀ ਉਸ ਕਹਿੰਦੇ ਆ ਵੀ ਸਧਾਰਨ ਆ ਵੀ ਦਿਮਾਗੀ ਲੋਡ ਆ, ਇਸ ਕਰਕੇ ਕਹਿੰਦੇ ਵੀ ਤਾਂ ਉਹ ਕਰ ਗਿਆ ਹੈ, ਨਹੀਂ ਤਾਂ ਕਹਿੰਦੇ ਵੀ ਅੱਗੇ ਵਰਕਸ਼ਾਪ ਦੇ ਵਿੱਚ ਕੰਮ ਕਰਦਾ ਸੀ, ਵਧੀਆ ਸੀ, ਮਹੀਨਾ ਹੋ ਗਿਆ ਹੁਣ ਮੰਜੇ 'ਚ ਹੀ ਪਿਆ ਸੀ ਘਰੇ। ਨਾ ਜੀ ਨਾ, ਹੋਰ ਸਾਰਾ ਪਰਿਵਾਰ ਆਉਂਦਾ ਉਹਨਾਂ ਦਾ ਗੁਰਦੁਆਰੇ ਹੀ ਆਉਂਦਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਉਹ ਮੰਨਦੇ ਨਹੀਂ ਜਾਂ ਹੋਰ। ਅਤੇ ਉਹਦਾ ਵੈਸੇ ਚਾਚਾ ਵੀ ਇੱਥੇ ਕੰਮ ਕਰਦਾ ਗੁਰਦੁਆਰੇ ਦੇ ਸਾਹਿਬ 'ਚ ਹੀ।
इस मामले ते बरनाला सिटी 2 पुलिस स्टेशन दे एसएचओ रणजीत सिंह ने दस्या है कि उन्होंने इस घटना बारे सूचना मिली सी जिस ते कार्रवाई करते हुए आरोपी बिंद्र सिंह नु गिरफ्तार कर लिया। ए कोई तकरीबन जड़ो गुरुद्वारा से ग्रंथी राम सिंह पुत्र गुरबख्श सिंह वासी बरनाला दा रहण वाला सी, ए सवेरे सुबह पाठ कर रहा सी। बाकी जिहड़ी कमेटी दे मेंबर ने प्रभात फेरी ते गए हुए सीगे। लोग श्रद्धालु आम तौर ते मत्था टेक के अपना नमस्कार करते सीगे, ते उस टाइम इस बंदा ये आया जिहने टोपी ले हुई सी, इहने तीन थप्पड़ ग्रंथी साहिबान दे मारे ता, पर उन्हें अपनी मर्यादा नूं भंग ना करदिआं होइआं पाठ नूं चालू रखिआ ते थप्पड़ मार के गाली गलोच करदा होइआ उह बंदा उत्थों पैदल चले गया। ते जदों पाठ तों बाद उन्हें अपने प्रधान नूं दस्सिआ ते प्रधान ने अपने लगे सीसीटी कैमरे ਦੀ ਛਾਣਬਣ ਕੀਤੀ ਅਤੇ ਉਹ ਬੰਦਾ ਵਾਕਈ ਹੀ ਥੱਪੜ ਮਾਰਦਾ ਸਾਹਮਣੇ ਆਇਆ, ਜਿਨ੍ਹਾਂ ਨੇ ਸਾਨੂੰ ਫੋਨ 'ਤੇ ਵੀ ਇਤਲਾਹ ਦਿੱਤੀ ਅਤੇ ਅਸੀਂ ਉਹਨਾਂ ਦਾ ਜਾਇਜ਼ਾ ਲੈਣ ਵਾਸਤੇ ਜਦ ਗਏ ਤਾਂ ਰਾਮ ਸਿੰਘ ਪ੍ਰਧਾਨ ਗ੍ਰੰਥੀ ਪੁੱਤਰ ਗੁਰਬਖਸ਼ ਸਿੰਘ ਸੇਖਾ ਰੋਡ ਬਰਨਾਲਾ ਦਾ ਰਹਿਣ ਵਾਲਾ ਸੀਗਾ, ਜਿਨ੍ਹਾਂ ਨੇ ਪੜਤਾਲ ਕਰਨ ਤੋਂ ਬਾਅਦ ਕਰੀਬ 2-3 ਘੰਟਿਆਂ ਬਾਅਦ ਸਾਡੇ ਕੋਲ ਬਿਆਨ ਦਰਜ ਕਰਵਾਇਆ, ਜਿਸ 'ਤੇ ਅਸੀਂ ਇਹ ਦੋਸ਼ੀ ਜਿਹੜਾ ਉਹਨਾਂ ਨੇ ਦੱਸਿਆ ਬਿੰਦਰ ਸਿੰਘ ਪੁੱਤਰ ਮੇਵਾ ਸਿੰਘ ਗਲੀ ਨੰਬਰ 12 ਸੇਖਾ ਰੋਡ ਬਰਨਾਲਾ ਜੋ ਕਿ ਰਹਿਣ ਵਾਲਾ ਸੀਗਾ, ਅਤੇ ਇਸ ਬੰਦੇ ਦੇ ਖਿਲਾਫ ਅਸੀਂ 517 FIR ਨੰਬਰ ਮੁਕੱਦਮਾ ਨੰਬਰ 517 ਡੇਟਡ 25/12/17 ਅੰਡਰ ਸੈਕਸ਼ਨ 295A ਧਾਰਮਿਕ ਭਾਵਨਾ ਨੂੰ ਖਿਆਲ ਰੱਖਦੇ ਹੋਏ 323-506 IPCPSCT ਬਰਨਾਲਾ ਦਰਜ ਕਰਕੇ ਇਸ ਦੋਸ਼ੀ ਨੂੰ ਕੱਲ੍ਹ ਹੀ ਗ੍ਰਿਫਤਾਰ ਕਰ ਲਿਆ ਸੀਗਾ, ਅਤੇ ਅੱਜ ਉਸ ਨੂੰ ਅਸੀਂ ਸਾਡੇ SCIO ਸੁਰਿੰਦਰਪਾਲ ਸਿੰਘ ਜੋ ਨੇ ਇਹਦੇ ਤਫਤੀਸ਼ ਕਰ ਰਹੇ ਨੇ ਉਹਨੂੰ ਪੇਸ਼ ਕਰਨ ਲਈ ਅਦਾਲਤ ਵਿੱਚ ਲੈ ਕੇ ਗਏ ਨੇ। ਅਗਲੀ ਕਾਰਵਾਈ ਲਈ ਜੋ ਹੋਵੇਗੀ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ, ਪਰ ਇੰਨੀ ਜ਼ਰੂਰ ਸਮਝਣਾ ਹੈ ਵੀ ਇਸ ਬੰਦੇ ਦਾ ਥੋੜ੍ਹਾ ਜਿਹਾ ਮਾਇੰਡ ਜਿਹੜਾ ਹੈ ਚੇਂਜ ਹੋਇਆ ਹੋਇਆ ਸੀਗਾ, ਅਜੇ ਇਹ ਗੱਲ ਦਾ ਨਹੀਂ ਪਤਾ ਲੱਗਿਆ ਵੀ ਥੱਪੜ ਕਿਉਂ ਮਾਰਿਆ, ਕਿਸ ਕਾਰਨ ਮਾਰਿਆ, ਕਿਸੇ ਦਾ ਕੀ ਹੱਥ ਹੈ ਕਿ ਨਹੀਂ, ਉਸ ਗੱਲ ਦੀ ਪੂਰੀ ਅਸੀਂ ਡਿਗਾਈ ਨਾਲ ਪੜਤਾਲ ਕਰ ਰਹੇ ਹਾਂ। ਦੇਖਿਆ ਜਾਵੇ ਤਾਂ ਇਸ ਮਾਮਲੇ 'ਤੇ ਬਰਨਾਲਾ ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਕਾਬਲੇ ਤਾਰੀਫ ਹੈ, ਕਿਉਂਕਿ ਇਹ ਮੁੱਦਾ ਗੰਭੀਰ ਬਣ ਸਕਦਾ ਸੀ ਅਤੇ ਇਸ ਨੂੰ ਲੈ ਕੇ ਕੋਈ ਵੀ ਧਾਰਮਿਕ ਵਿਵਾਦ ਖੜ੍ਹਾ ਹੋ ਸਕਦਾ ਸੀ ਜੇਕਰ ਪੁਲਿਸ ਮੁਸ਼ਤੈਦੀ ਨਾ ਦਿਖਾਉਂਦੀ, ਪਰ ਆਰੋਪੀ ਨੂੰ ਜਲਦ ਗ੍ਰਿਫਤਾਰ ਕਰਕੇ ਪੁਲਿਸ ਨੇ ਸਮਝਦਾਰੀ ਵਾਲਾ ਕੰਮ ਕੀਤਾ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।